ਅੱਜ ਇੱਕ ਐਕਸੀਡੈਂਟ ਹੋਇਆ ਜੀ, ਕੀ ਮਾਮਲਾ ਜੀ? ਸਾਰਾ ਇਹ ਸੁਖਜੀਤ ਸਿੰਘ ਪੋਲੀ ਖਾਲਸਾ ਸਹੀ ਕਲਾਂ ਤੋਂ ਰੋਜ਼ ਦੀ ਤਰ੍ਹਾਂ ਸਬਜ਼ੀ ਲੈ ਕੇ ਆਪਦੇ ਪਿੰਡ ਨੂੰ ਜਾ ਰਿਹਾ ਸੀਗਾ। ਮਹਿੰਦਰਾ ਪੈਕਅਪ ਗੱਡੀ ਕੋਟਪੁਰਾ ਸਾਈਡ ਤੋਂ ਆਈ ਸੀ, ਉਹ ਗੱਡੀ ਨਾਲ ਐਕਸੀਡੈਂਟ ਹੋਣ ਕਾਰਨ ਮੌਕੇ 'ਤੇ ਸੁਖਜੀਤ ਖਾਲਸਾ ਜੀ ਦੀ ਮੌਤ ਹੋ ਗਈ ਹੈ ਜੀ। ਅਤੇ ਉਹਦੇ ਵਾਰਸ ਆ ਗਏ ਜੀ? ਉੱਥੇ ਮੌਕੇ 'ਤੇ ਪਹੁੰਚ ਗਿਆ ਸਰ। ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ? ਉਹ ਜਿਹੜੀ ਹੈਗੀ ਆ ਅੱਗੇ ਦੁਰੰਤ ਪੁਲਿਸ ਹੈ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ ਜੀ।